ਆਪਾਂ ਪਹੁੰਚ ਚੁੱਕੇ ਹਾਂ ਆਪਣੇ ਕਪੂਰਥਲੇ ਦੇ ਮੇਨ ਬਾਈਕਰ ਕਲੱਬ ਦੇ ਵਿੱਚ। ਕੱਲ੍ਹ ਪਰਸੋਂ ਨੂੰ ਆਪਾਂ ਫਿਰ ਤੋਂ ਇੱਕ ਰਾਈਡ 'ਤੇ ਜਾਣਾ ਵਾ ਇਹਨਾਂ ਦੇ ਨਾਲ, ਅਤੇ ਉਸ ਤੋਂ ਬਾਅਦ 'ਚ ਆਪਾਂ ਡਿਸੀਜ਼ਨ ਲੈਣਾ ਵੀ ਆਪਾਂ ਬਾਈਕ ਲੈਣੀ ਆ ਜਾਂ ਨਹੀਂ ਲੈਣੀ। 42 ਲੈਕਸ ਦੇ ਕਰੀਬ ਕਰੀਬ ਘਰ ਜਾਏਗਾ ਜਾਏਗਾ ਕਲਿੱਪ ਸ਼ੂਟ ਕਰ ਰਹੇ ਇਤਨੀ ਸ਼ਕਤੀ ਹਮੇ ਦੇ ਨਾ ਦਾਤਾ ਮਨ ਕਾ ਵਿਸ਼ਵਾਸ ਕਮਜ਼ੋਰ ਹੋਨਾ ਹਮ ਚਲੇ ਹੈ ਤੇਲ ਡਿਲਵਾਨੇ ਹਮਾਰੇ ਪਾਸ ਖੂਬ ਸਾਰੇ ਪੈਸੇ ਹੋ ਦਾਤਾ ਜੀਓ ਕੀ ਕਰੀ ਜਾਂਦਾ ਦਾਤਾ ਜੀਓ ਬਾਈ ਵਧੀਆ ਡਾਕਟਰ ਹੋਵੇ ਜਲੰਧਰ ਏਰੀਏ ਦਾ ਹੋਵੇ ਇਹਨੂੰ ਦਿਖਾਉਣਾ ਆ ਬਸ ਐਡਮਿਟ ਨਹੀਂ ਕਰਾਉਣਾ ਕਿਉਂਕਿ ਸਾਰਾ ਦਿਨ ਮੇਰੇ ਨਾਲ ਹੁੰਦਾ ਆ ਕੰਮ ਕਰਾਉਣਾ ਹੁੰਦਾ ਆ ਹੋਰ ਆਪਾਂ 36,000 ਸ਼ਰਾਰਤਾਂ ਕਰਨੀਆਂ ਹੁੰਦੀਆਂ ਆ ਸੋ ਮੇਰਾ ਭਰਾ ਐਡਮਿਟ ਨਾ ਹੋਵੇ ਦਵਾਈ ਦੇ ਦੇਵੇ ਇਹਨੂੰ ਉਹ ਡਾਕਟਰ ਆਪਾਂ ਲੱਭਣਾ ਆ ਠੀਕ ਹੈ ਜੀ ਪਲੀਜ਼ ਸਹਾਇਤਾ ਕਰਿਓ ਸੋ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਪੈਟਰੋਲ ਪੰਪ 'ਤੇ ਜਿਹੜਾ ਨਾ ਆਪਣਾ ਹੀ ਆ ਉਹ ਮੈਨੇਜਰ ਰੱਖਿਆ ਹੋਇਆ ਆਪਾਂ ਆਹ ਮੈਨੇਜਰ ਸਾਹਿਬ ਆ ਇੱਥੋਂ ਦੇ ਅਤੇ ਉਹ ਮੇਰਾ ਭਰਾ ਵਾ ਇੱਕ ਦਿਨ ਮੈਂ ਇਹਨਾਂ ਤੋਂ ਤੇਲ ਪਵਾ ਕੇ ਲੈ ਗਿਆ ਮੈਂ ਇਹਨਾਂ ਤੋਂ 500 ਰੁਪਈਆ ਨਾ ਦੇ ਸਕਿਆ ਭਰਾਵਾ ਇਹਨਾਂ ਨੇ ਉਹ ਦੇ ਉਧਾਰ ਕਰ ਲਿਆ ਮੈਂ ਅਗਲੇ ਦਿਨ ਇਹਨਾਂ ਨੇ ਉਹ ਸਟਿੱਕਰ ਜਿਹਾ ਲਾ ਲਿਆ ਜਾਂ ਪਰ ਉਧਾਰ ਬੰਦ ਹੈ ਪੜ੍ਹ ਲਿਓ ਇਹ ਮੇਰੇ ਕਰਕੇ ਲੱਗਾ ਵਾ ਮੇਰੇ ਕਰਕੇ ਲੱਗਾ ਨਾ ਭਾਜੀ ਇਹ ਵੀਡੀਓ 'ਚ ਇੱਦਾਂ ਕਹੀ ਜਾਂਦਾ ਵਾ ਪਰ ਸੱਚੀ ਦੱਸਾਂ ਮੇਰੇ ਕਰਕੇ ਲਾਇਆ ਇਹਨਾਂ ਨੇ ਚੱਲ ਸਹੀ 500 ਦਾ ਪਾ ਦਿਓ ਫਿਰ ਇੰਨਾ ਕੀ ਭਰਾਵਾ ਬਿੰਦੀ ਬਹੁਤ ਆ ਮੈਨੂੰ ਕੰਪਨੀ ਵਾਲਾ ਕਹਿੰਦਾ ਉਸਤਾਦ ਕਹਿੰਦਾ ਭਾਜੀ ਬਾਈ ਦੀ ਐਵਰੇਜ ਬਾਈ ਦੀ ਉਹ ਮੈਨੂੰ ਦੱਸਿਆ ਹੀ ਇਹਦੀ ਐਵਰੇਜ ਹੀ ਐਵੀ ਅਤੇ ਬਾਈ ਇੱਕ ਬਹੁਤ ਖਾਸ ਗੱਲ ਆ ਆਪਣੀ ਲਾਈਵ ਸਟ੍ਰੀਮਿੰਗ ਆਪਾਂ ਸ਼ੁਰੂ ਕਰ ਦੇਣੀ ਆਪਣੇ ਮੇਨ ਚੈਨਲ ਉੱਤੇ ਜਿਹਦੇ ਉੱਤੇ ਆਪਣੇ 2,92,000 ਕੇ 90,000 ਸਬਸਕ੍ਰਾਈਬਰ ਆ ਇਸ ਵੇਲੇ ਅਤੇ ਮੇਰਾ ਵੀ ਤੁਸੀਂ ਸਾਰੇ ਜਾਣੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਜਿਹੜਾ ਮੈਂ ਡਿਸੀਜ਼ਨ ਲਿਆ ਵਾ ਵੀ ਫਰੀ ਟਾਈਮ ਲਾਈਵ ਸਟ੍ਰੀਮਿੰਗ ਮੈਂ ਲਾਈਵ ਸਟ੍ਰੀਮਿੰਗ ਦੇ ਉੱਤੇ ਨਹੀਂ ਆ ਰਿਹਾ ਬਸ ਫਰੀ ਟਾਈਮ ਆਪਾਂ ਰਾਤ ਨੂੰ ਕਦੀ ਕਦੀ ਐਤਵਾਰ ਮਤਲਬ ਕਰਿਆ ਕਰਾਂਗੇ ਹੈ ਨਾ ਤਾਂ ਤੁਹਾਡੀ ਸਪੋਰਟ ਚਾਹੀਦੀ ਆਪਾਂ ਨੂੰ ਤਾਂ ਕਮੈਂਟ 'ਚ ਮੇਰਾ ਵੀ ਜ਼ਰੂਰ ਦੱਸਣਾ ਵਾ ਕਿ ਆਪਾਂ ਨੂੰ ਕਰਨੀ ਚਾਹੀਦੀ ਆ ਕਿ ਨਹੀਂ ਸੋ 500 ਦਾ ਤੇਲ ਮੈਂ ਪਵਾ ਲਿਆ ਆ ਥੋੜ੍ਹਾ ਜਿਹਾ ਆਪਾਂ ਇੰਨੇ ਪਵਾਈਦਾ ਆ ਪਹਿਲਾਂ ਮੈਂ ਟੈਂਕੀ ਭਰਾ ਲੈਂਦਾ ਸੀਗਾ ਫਿਰ ਜੋ ਮੈਂ ਟੈਂਕੀ ਭਰਾ ਲੈਂਦਾ ਵਾਂ ਫਿਰ ਇੱਦਾਂ ਹੋ ਜਾਂਦਾ ਵੀ ਤੁਰੇ ਰਹੀਏ ਤਾਂ ਫਿਰ ਟੈਂਕੀ ਦਾ ਤੇਲ ਮੁੱਕ ਜਾਂਦਾ ਵਾ ਅਤੇ ਜੇਬ 'ਚੋਂ ਪੈਸੇ ਅਤੇ ਬਸ ਫਿਰ ਦੋਵੇਂ ਚੀਜ਼ਾਂ ਖਲੋ ਜਾਂਦੀਆਂ ਅਸੀਂ ਵੀ ਖਲੋ ਜਾਂਦੇ ਅਤੇ ਗੱਡੀ ਵੀ ਖਲੋ ਜਾਂਦੀ ਆ ਦੱਸਿਓ ਮੈਨੂੰ ਯਾਰ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ ਜੀ ਸਾਡੇ ਸਾਹਮਣੇ ਖਲੋਤੇ ਆ ਪਰਸਨਲ ਐਡਵਾਈਜ਼ਰ ਅਸੀਂ ਇਹਨਾਂ ਬਿਨਾਂ ਕਦੀ ਵੀ ਅਤੇ ਕਿਤੇ ਵੀ ਨਹੀਂ ਜਾਈਦਾ ਇਹ ਆਹ ਖਲੋਤਾ ਮੇਰਾ ਚੰਨਮਾਹੀ ਮੈਂ ਨਹੀਂ ਜਾਂਦਾ ਇਹਨਾਂ ਬਿਨਾਂ ਕਿਤੇ ਵੀ ਨਾ ਇਹ ਕਹਿਣਗੇ ਤਾਂ ਪੋਟੀ ਕਰਨੀ ਆ ਇਹ ਨਹੀਂ ਕਹਿਣਗੇ ਤਾਂ ਨਹੀਂ ਕਰਨੀ ਭਾਈ ਸਤਿ ਸ਼੍ਰੀ ਅਕਾਲ ਦੱਸੋ ਮੇਰੀ ਆਡੀਅੰਸ ਨੂੰ ਇਹ ਹੈਗੇ ਜੀ ਸਾਡੇ ਪਰਸਨਲ ਐਡਵਾਈਜ਼ਰ ਇਹਨਾਂ ਦਾ ਮੈਂ ਫੋਨ ਨੰਬਰ ਤੁਹਾਨੂੰ ਥੱਲੇ ਦੇ ਦੂੰਗਾ 8360 ਅਤੇ ਉਹ ਜੋਧਾ ਵਾ ਅਤੇ ਤੁਸੀਂ ਫੋਨ ਕਰਕੇ ਜਦੋਂ ਮਰਜ਼ੀ ਕੁਛ ਵੀ ਪਰਸਨਲ ਐਡਵਾਈਸ ਲੈਣੀ ਹੋਵੇ ਲੈ ਲਿਓ ਠੀਕ ਹੈ ਜੀ ਜੋਤ ਕੋਲੋਂ ਇਹਦੀ ਐਡਵਾਈਸ ਨਾਲ ਤਾਂ ਤੁਸੀਂ ਮਰੋਂਗੇ ਜੀ ਘਾਟਾ ਹੀ ਪੈਣੇ ਆ
ਇਹਨੇ ਬੰਦਾ ਮਾਰਤਾ ਸੀ ਇੱਕ ਵਾਰੀ, ਤੁਹਾਨੂੰ ਮੈਂ ਸੁਣਾਊਂਗਾ ਇੱਕ ਵਾਰੀ ਗੱਲ, ਤੁਸੀਂ ਮੈਨੂੰ ਪੁੱਛਿਓ ਪਹਿਲਾਂ, ਤੁਸੀਂ ਮੈਨੂੰ ਆਪ ਕਿਹੋ ਬਈ ਵੀਰੇ ਦੱਸ ਫਿਰ ਦੱਸੂਗਾ, ਇਹਦੇ ਇਹਦੀ ਜ਼ੁਬਾਨ ਨੇ ਬੰਦਾ ਮਰਵਾਤਾ ਸੀ। ਜਸਟਿਨ ਬੀਬਰ ਵਾਲੀ ਗੱਲ ਸਟੋਰੀ ਡਿਲੀਟ ਕਰਤੀ ਹਾਂ, ਜਸਟਿਨ ਬੀਬਰ ਜਿਹੜਾ ਕੱਚਾ ਪਿਆ ਸੀ ਨਾਲੇ, ਐਦਕੀ ਲੱਭਿਆ ਨਹੀਂ ਅੱਜ। ਵੋ ਖੜੀ ਹੈ ਤੁਮ ਹੁਸਨੇ ਪਰੀ ਤੁਮ ਜਾਣੇ ਜਹਾਂ, ਤੁਮ ਸਭਸੇ ਹਸੀਨ ਤੁਮ ਸਭਸੇ ਜਵਾਨ। ਭਾਈ ਹੱਥ ਛਡਾਤਾ ਬਸ, ਓਏ ਅਸੀਂ ਸਰਫੀ ਆ ਸਮਝਿਆ ਕਰ, ਜਿਹਦੇ ਨਾਲ ਜੁੜ ਜੀ ਉਹਨੂੰ ਧੋ ਦੀਦਾ ਆ, ਏਦਾਂ ਹੀ ਆ ਭਾਜੀ ਵੇ, ਮੌਕੇ ਤੇ ਕੁਛ ਤਾਂ ਗੱਲ ਬਣਾਉਣੀ ਹੁੰਦੀ ਆ। ਭਾਜੀ ਲੱਗਣ ਨੀ ਦਿਆ ਵੀ ਹਵਾ ਘਟਿਆ ਫਿਰ ਤੋਂ ਟਾਇਰ ਚ, ਉਹ ਨਹੀਂ ਪੈਂਚਰ ਸੀ ਪਰਸੋਂ ਪੈਂਚਰ ਲਵਾਇਆ, ਖੋਲੇ ਲੋਕ ਤੇ। ਬਾਈ ਆਪਾਂ ਹੁਣੇ ਦੋ ਤਿੰਨ ਚਿਹਰਾ ਦੇਖ ਕੇ ਆਏ ਆ, ਇੱਕ ਦੀ ਮਨ ਨੂੰ ਲੱਗੀ ਇੱਕ ਅੱਧੀ ਆਪਣੇ ਮਨ ਨੂੰ ਨਹੀਂ ਲੱਗੀ, ਸੋ ਆਪਾਂ ਚੱਲੇ ਹਾਂ ਜਲੰਧਰ। ਪਹਿਲਾਂ ਜਲੰਧਰ ਜਾ ਕੇ ਮਗਜ਼ਮਾਰੀ ਕਰ ਲਈਏ ਮਾੜੀ ਮੋਟੀ, ਦੈਨ ਉਸ ਤੋਂ ਬਾਅਦ ਅਗਲੇ ਫੈਸਲੇ ਕਰਾਂਗੇ, ਸਹੀ ਹੈ ਨਾ ਭਾਜੀ, ਹੈ ਭਾਜੀ। ਬਾਕੀ ਤੁਹਾਨੂੰ ਦੱਸਿਆ ਹੈਗਾ ਵਾ ਸਾਡੇ ਪਰਸਨਲ ਐਡਵਾਈਜ਼ਰ ਨੇ ਭਾਜੀ, ਬਾਈ ਮੌਕੇ ਦੀ ਰਿਪੋਰਟ ਆ ਕਿ ਭਾਜੀ ਹੁਣਾਂ ਨੇ ਡਾਇਟਿੰਗ ਸ਼ੁਰੂ ਕਰ ਦਿੱਤੀ ਆ। ਮੈਂ ਕਿਹਾ ਭਾਜੀ ਕੀ ਖਵਾ ਪਿਆ ਰਹੇ ਹੋ, ਮੈਂ ਆਪਣੇ ਜਿੱਦਾਂ ਆਪਾਂ ਯਾਰੀ ਦੋਸਤੀ ਕਹਿ ਹੀ ਦੇਈਦਾ, ਹੋਰ ਭਾਜੀ ਕੀ ਖਵਾ ਪਿਆ ਰਹੇ ਹੋ, ਮੈਨੂੰ ਕਹਿੰਦੇ ਆਖੇ ਡਾਇਟਿੰਗ ਕਰ ਦਿੱਤੀ ਮੈਂ, ਤੇ ਇਹਨਾਂ ਨੇ ਚੈਲੰਜ ਐਕਸੈਪਟ ਕੀਤਾ। ਜਦੋਂ ਕਿੱਦਾਂ ਵਾ 21 ਦਿਨਾਂ 'ਚ ਕਿੰਨਾ ਭਾਰ ਘਟਾਉਣਾ ਵਾ, 15 ਕਿਲੋ, 21 ਦਿਨਾਂ 'ਚ ਕਹਿੰਦੇ 15 ਕਿਲੋ ਭਾਰ ਘਟਾਉਣਾ ਵਾ, ਤੇ ਮੈਨੂੰ ਕਹਿ ਰਹੇ ਆ ਵੀ ਜੇ ਤੂੰ ਮੇਰੇ ਨਾਲ ਭਾਗੀਦਾਰ ਬਣਨਾ ਆ ਤੇ ਦੇਖ ਲਾ। ਮੈਂ ਕਿਹਾ ਭਾਜੀ ਮਿਲਦੇ ਗਿਲਦੇ ਰਿਹਾ ਕਰੋ ਸਾਲ 'ਚ ਇੱਕ ਦੋ ਵਾਰੀ, ਇੱਥੇ ਕਿ ਮੈਂ ਦੇਖਦਾ ਪਿਆ ਵੀ ਕਿਸੇ ਬੰਦੇ ਬੁੰਦੇ ਕੋਲ ਛੱਡ ਕੇ ਚੱਲ ਜਾਵਾਂ। ਮੈਂ ਕਿਹਾ ਹੋਸਪਿਟਲ 'ਚ ਪਤਾ ਕੀਤਾ, ਮੈਂ ਕਿਹਾ ਹੈਗਾ ਆਪਣੇ ਕੋਈ ਬੰਦਾ ਜੀ ਭਰਤੀ ਕਰਨਾ, ਉਹ ਕਹਿੰਦੇ ਨਹੀਂ ਸਾਨੂੰ ਨਹੀਂ ਭੁਗਦਾ ਇਹਦਾ ਬੰਦਾ, ਉਹ ਸਿਮਾ ਵਾਲੇ ਕੋਈ ਛੱਡ ਜਾਵਾਂ ਤੁਹਾਨੂੰ ਉਹ ਸਾਹਮਣੇ ਪਹੁੰਚ ਚੁੱਕੇ ਇਸ ਵੇਲੇ ਰਿਲਾਇੰਸ ਮਾਲ, ਕੀ ਕਰਨ ਵਾਸਤੇ ਜੋਤ? ਟੋਏ ਦੇਖਣ। ਆਪਾਂ ਜਿਹੜਾ ਗੇਮਿੰਗ ਪੀਸੀ ਲੈਣਾ ਨਾ ਉਹਦੇ ਵਿੱਚ ਰੱਖਣਾ ਵਾ ਟੋਏ, ਤੇ ਅਮੀਰ ਲੋਕ ਅਮੀਰ ਗੱਡੀਆਂ। ਮੈਂ ਭਾਜੀ ਜ਼ਿੰਦਗੀ ਦੇ ਵਿੱਚ ਮਸੀਂ 2 ਵਾਰੀ ਫਿਲਮ ਦੇਖਣ ਗਿਆ ਵਾਂ, ਅਤੇ ਭਾਜੀ ਹੁਣੀ ਕਹਿੰਦੇ ਮੈਂ ਹਰ ਫਿਲਮ ਐਸੇ ਮੋਲ 'ਚ ਦੇਖਦਾ, ਹੈ ਨਾ ਭਾਜੀ, ਦੱਸਿਓ ਦੱਸਿਓ। ਨਹੀਂ ਭਾਜੀ ਦੱਸ ਦਿਓ ਕੁਛ, ਮੈਂ ਕੁਛ ਦੱਸਣ ਦਾ ਦੱਸਣ ਨਹੀਂ ਦੇ ਭਾਈ, ਕੈਮਰੇ ਮੂਰੇ ਨਹੀਂ ਬੋਲਦੇ ਪਾਣੀ ਗੱਲ, ਪਤਾ ਨਹੀਂ ਕੀ ਗੱਲ ਆ, ਕੈਮਰੇ ਦੇ ਪਿੱਛੋਂ ਤਾਂ ਜੋ ਗਾਲ ਆ ਦੁਨੀਆ ਭਰ ਦੀ ਕੋਈ ਛੱਡਦੇ ਹੀ ਨਹੀਂ ਗੇ। ਆਂਟੀ ਜੀ ਮੇਰਾ ਵਲੌਗ ਦੇਖਦੇ ਆ ਨਾ, ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ ਚਾਹੁੰਦਾ ਭਾਜੀ ਦਾ ਦਿਨੋਂ ਦਿਨ ਬਹੁਤ ਕੰਮ ਖਰਾਬ ਹੋ ਰਿਹਾ ਵਾ, ਅਤੇ ਮਾੜਾ ਜਿਹਾ ਸਾਂਭ ਕੇ ਰੱਖਿਆ ਕਰੋ ਇਹਨਾਂ ਨੂੰ, ਬਾਹਰ ਨਾ ਜਾਣ ਦਿਆ ਕਰੋ। ਨਿਆਣਿਆਂ ਵਾਸਤੇ ਟੋਏ ਲੈਣ ਆਉਂਦੇ, ਇੱਥੇ ਅਸੀਂ ਆਪਣੇ ਲਈ ਲੈਣ ਆਏ ਹਾਂ। ਆ ਜੋਤ ਦਿਖਾਵਾਂ ਤੁਹਾਨੂੰ, ਆਜੋ ਆਜੋ ਤੁਹਾਨੂੰ ਮੈਂ ਜੋਤ ਨੂੰ ਦਿਖਾਉਣਾ ਵਾ, ਜੋਤ ਦਾ ਭਰਾ ਵੀ ਦਿਖਾਉਣਾ ਜੋਤ ਵੀ ਦਿਖਾਉਣਾ, ਆ ਦੇ ਕੱਪੜੇ ਮੈਚ ਨਹੀਂ ਕਰਦੇ, ਕੱਪੜੇ ਮੈਚ ਨਹੀਂ ਕਰਦੇ, ਆ ਵੇਖੋ ਇੱਕ ਮਿੰਟ ਇੱਕ ਮਿੰਟ, ਪਹਿਲੀ ਝਲਕ ਇਹਦੀ ਦਿਖਾਉਣਾ, ਪਹਿਲੀ ਝਲਕ। ਉਹਦੇ ਭਾਅ ਜੀ ਤੁਸੀਂ R1 ਲੈਣ ਨੂੰ ਫਿਰਦੇ ਨਾ, ਮੈਂ ਤੁਹਾਨੂੰ R3 ਲੈ ਦੇਵਾਂ, R3 ਲੈ ਦੇਵਾਂ ਭਾਅ ਜੀ। ਭਾਈ ਦੇ ਸਰੀਰ ਵੀ ਉੱਡਾ ਗਿਆ, ਤੇ ਉੱਡਾ ਕੇ ਮੋਟਰਸਾਈਕਲ ਦਾ ਸੋਹਣੇ ਲੱਗਣਗੇ ਉੱਤੇ ਬੈਠੇ, ਬੈਠੋ ਭਾਅ ਜੀ। ਇੱਧਰ ਮਾੜਾ ਇਹਨੂੰ ਰਿਮੋਟ ਦਾ ਪਤਾ ਕੀ ਲੱਗ ਗਿਆ ਕਿ ਆਉਣਾ, ਤੇ ਦੇਖੀ ਬਰੋ ਜੇ ਕੰਮ ਮਹਿੰਗਾ ਹੋਇਆ ਨਾ ਦੇਣੇ ਹੋਣੇ।
ਸੀਗਾ। ਦੇਖਿਆ ਜੀ ਮੈਂ ਜੋ ਗੱਲ ਕਹੀ ਸੀ ਉਹ ਸੱਚ ਨਿਕਲੀ ਨਾ, ਭਰਾ ਨੂੰ ਮਿਲਣ ਆਇਆ ਸੀਗਾ ਤੇ ਕਿਹੜੀ ਫੀਲਿੰਗ ਲੈ ਰਿਹਾ ਕਰਨ ਵਾਲੀ ਲਿਆਲੀ ਡੋਂਟ ਲੁੱਕ ਬ੍ਰੋ ਓ ਚੱਟੂ ਨੂ 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 ਡੂ 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 ਪਰ ਭਾਜੀ ਪਿੱਛੇ ਪਏ ਹੋਏ ਆ ਕਿੰਨੀ ਦੇਰ ਦੇ ਵੀ ਮੈਂ ਕੁਛ ਕਮਾਉਣਾ ਆ ਕਮਾਉਣਾ ਆ ਨਹੀਂ ਮੈਂ ਕੁਛ ਨਹੀਂ ਕਮਾਉਣਾ ਰਹਿਣ ਦੇਣਾ ਚਾਹੀਦਾ ਜੀ ਨਾ ਤੁਹਾਡੇ ਵੀ ਅੱਛਾ ਜੋਤ ਰਹਿਣ ਦੋ ਪਹਿਲੇ ਤੱਕ ਪੰਮੇ ਵੱਲੋਂ ਆਪਾਂ ਨੂੰ ਖਵਾਇਆ ਰਹਿਣ ਦੋ ਲਓ ਜੀ ਆਪਾਂ ਇੱਕ ਵਾਰੀ ਫੇਰ ਪਹੁੰਚ ਚੁੱਕੇ ਆ ਅਭੀ ਭਾਜੀ ਦੇ ਹੋਟਲ ਦੇ ਵਿੱਚ ਹੈ ਅਭੀ ਭਾਜੀ ਹੈ ਅਭੀ ਭਾਜੀ ਗੱਲ ਤਾਂ ਸੁਣੋ ਗੱਲ ਤਾਂ ਸੁਣੋ ਪਹਿਲਾਂ ਅੱਛਾ ਇੱਕ ਮਿੰਟ ਲਓ 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 ਮੈਂ ਕਹਿੰਦਾ ਸੀ ਮੈਂ ਕਿਹਾ ਇੰਨਾ ਪੈਸਾ ਭਾਜੀ ਤੁਹਾਡੇ ਕੋਲ ਹੈਗਾ ਵਾ ਤੁਸੀਂ ਸਾਡੇ ਵਰਗੇ ਗਰੀਬ ਲੋਕਾਂ ਨਾਲ ਕਾਹਤੋਂ ਫਿਰਦੇ ਆ ਜੋ ਦਾ ਦੇ ਓਏ ਓਏ ਆਹ ਦੇ ਮੋਨਸਟਰ ਕਿੰਨੇ ਤਰ੍ਹਾਂ ਦੀਆਂ ਵਾ ਐਨਰਜੀ ਗੇ ਐਨਰਜੀ ਗੇ ਕੁਛ ਐਨਰਜੀ ਆ ਅਗਲੀ ਇੱਕ ਆ ਵਾਈਟ ਪਤਾ ਨਹੀਂ ਕਿਹੜੀ ਆ ਸਹੀ ਆ ਇੱਕ ਉਹ ਕਿੰਨੀਆਂ ਮੋਨਸਟਰ ਆ ਕਿਹੜੀ ਪਿਆ ਰਿਹਾ ਕਿਹਨੂੰ ਦਿਲ ਕੱਢ ਰਿਹਾ ਇਹ ਪੀਣੀ ਸਹੀ ਨਹੀਂ ਹੁੰਦੀ ਮਾੜੀ ਹੁੰਦੀ ਬਹੁਤ ਵਧੀਆ ਗੱਲ ਕੀਤੀ ਇਹਨੇ ਭਾਈ ਆਪਾਂ ਭਾਜੀ ਨੂੰ ਆਪਣੇ ਘਰੇ ਛੱਡ ਕੇ ਚੱਲੇ ਹਾਂ ਇਹਨਾਂ ਦੇ ਮੰਮਾ ਨੇ ਕਿਹਾ ਵਾ ਕਿ ਮੇਰਾ ਬੱਚਾ ਸਹੀ ਸਲਾਮਤ ਘਰੇ ਆਉਣਾ ਚਾਹੀਦਾ ਆਂਟੀ ਆ ਦੇਖ ਲਓ ਸਹੀ ਸਲਾਮਤ ਤੁਹਾਡਾ ਬੇਟਾ ਆਪਾਂ ਘਰੇ ਛੱਡ ਕੇ ਚੱਲੇ ਹਾਂ ਹੁਣ ਇੱਥੋਂ ਕਿਤੇ ਸੱਜੇ ਹੋ ਜਾਏ ਕਿਤੇ ਖੱਬੇ ਹੋ ਜਾਏ ਸਾਨੂੰ ਪਤਾ ਨਹੀਂ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਕਪੂਰਥਲੇ ਦੇ ਮੇਨ ਬਾਈਕਰ ਕਲੱਬ ਦੇ ਵਿੱਚ ਤੇ ਵਿੱਚ ਸਾਡੇ ਸੋਹਣੇ ਸੋਹਣੇ ਅਭੀ ਭਾਜੀ ਉਹ ਭਾਜੀ ਹੁਣੀ ਬਣੇ ਪਏ ਆਪਣੇ ਉਹ ਕੀ ਕਹਿੰਦੇ ਰੰਨਾ ਜੀ ਧੰਨਾ ਤੇ ਹੈ ਅਭੀ ਭਾਜੀ ਪਹਿਲਾਂ ਮੇਰੇ ਇੱਧਰ ਵਿਊਅਰਸ ਨੂੰ ਜਵਾਬ ਦਿਓ ਵੀ ਅੱਜ ਤੁਸੀਂ ਲੱਡੂਆਂ ਦਾ ਸਮਾਨ ਜਿਹੜਾ ਚੁਕਵਾਇਆ ਵਾ ਉਹ 'ਚ 60 ਕਿਲੋ ਖੰਡ ਦੀ ਬੋਰੀ ਸੀਗੀ ਉਹ ਕਿਉਂ ਨਹੀਂ ਚੁਕਵਾਈ ਕਿਹਦੀ ਜੋ ਯਾਰ ਮੈਨੂੰ ਭਾਜੀ ਇੰਨੀਆਂ ਵੀਪਾਂ ਲਾਉਣੀਆਂ ਪੈਣੀਆਂ ਨਾ ਸਹੀ ਆ ਅਤੇ ਬਾਈ ਹੌਲੀ ਹੌਲੀ ਇਹਨਾਂ ਦੇ ਬਾਈਕਰ ਕਲੱਬ ਦੇ ਬੰਦੇ ਪਹੁੰਚਦੇ ਪਏ ਆ ਅਤੇ ਵਧੀਆ ਰੌਣਕ ਮੇਲਾ ਲੱਗੂਗਾ ਅੱਜ ਵਲੋਗ ਆਪਾਂ ਇੱਥੇ ਖਤਮ ਕਰ ਦਾਂਗੇ ਕੱਲ੍ਹ ਪਰਸੋਂ ਨੂੰ ਆਪਾਂ ਫਿਰ ਤੋਂ ਇੱਕ ਰਾਈਡ 'ਤੇ ਜਾਣਾ ਵਾ ਇਹਨਾਂ ਦੇ ਨਾਲ ਅਤੇ ਉਸ ਤੋਂ ਬਾਅਦ 'ਚ ਆਪਾਂ ਡਿਸੀਜ਼ਨ ਲੈਣਾ ਵੀ ਆਪਾਂ ਬਾਈਕ ਲੈਣੀ ਆ ਜਾਂ ਨਹੀਂ ਲੈਣੀ ਆਪਾਂ ਬਾਈਕ ਬਾਈਕ ਕਰ ਲੈਣੀ ਆ ਛੇਤੀ ਥੋੜ੍ਹਾ ਟਾਈਮ ਲੱਗੂਗਾ ਪਰ ਪਹਿਲਾਂ ਵਿੱਚ ਰਹਿ ਕੇ ਦੇਖੀਏ ਕੀ ਮਾਹੌਲ ਚਾਲ ਆ ਨਜ਼ਾਰੇ ਆਉਂਦੇ ਕਿ ਨਹੀਂ ਆਉਂਦੇ ਠੀਕ ਨਹੀਂ ਬਿਲਕੁਲ ਬਾਕੀ ਪੈਸੇ ਖਰਚਣੇ ਆ ਜੋ ਉਹਦੇ ਡੈਡੀ ਨੇ ਅਦਕੀ ਸਾਰੇ ਮੈਨੂੰ ਫੁੱਲ ਸਪੋਂਸਰਸ਼ਿਪ ਇਹਦੇ ਡੈਡੀ ਵੱਲੋਂ ਆ ਠੀਕ ਆ ਠੀਕ ਆ ਹੈ ਨਾ ਅਤੇ ਲਓ ਜੀ ਇਹਨਾਂ ਦੀਆਂ ਸਾਰੀਆਂ ਬਾਈਕਸ ਆ ਚੁੱਕੀਆਂ ਅਤੇ ਇਹਨਾਂ ਵੀ ਜਗੀਰ 'ਚ ਜਗੀਰ ਚੱਲਣ ਦੇ ਆ ਅਤੇ ਮੈਨੂੰ ਡਰ ਇਹ ਆ ਵੀ ਮੇਰੀ ਵੀਡੀਓ 'ਤੇ ਕਾਪੀਰਾਈਟ ਨਾ ਵੱਜ ਜਾਵੇ ਫਰੰਟ ਤੋਂ ਬਣਾ ਫਰੰਟ ਤੋਂ ਹਾਂ ਮੈਂ ਬਣਾਉਂਦਾ ਵਾਂ ਅਤੇ ਉਹ ਕਿੱਧਰ ਗਏ ਆਪਣੇ ਰਮਿਤ ਭਾਅ ਜੀ ਕਿੱਧਰ ਗਏ ਕਿੱਧਰ ਗਏ ਸਹੀ ਆ ਸਹੀ ਆ ਸਹੀ ਆ ਬਾਈ ਸਭ ਤੋਂ ਪਹਿਲਾਂ ਮੈਂ ਇੰਟਰੋਡਿਊਸ ਕਰਾਵਾਂਗਾ ਰਮਿਤ ਭਾਅ ਜੀ ਦੇ ਨਾਲ ਰਮਿਤ ਭਾਅ ਜੀ ਵਧੀਆ ਵਧੀਆ ਇਹ ਹੈਗੇ ਆਪਣੇ ਸ਼ਹਿਰ ਦੀ ਕਰੀਮ ਨਹੀਂ ਨਹੀਂ ਹੈਗੇ ਆ ਤੇ ਆਹ ਭਾਈ ਦੀ ਬਾਈਕ ਆ ਜੀ ਐਸ 1250 ਸੀ ਮੈਂ ਅੱਜ ਤੋਂ 2 ਸਾਲ ਜਾਂ 1.5 ਸਾਲ ਪਹਿਲਾਂ ਵੇਖੀ ਸੀਗੀ ਇਹ ਬਾਈਕ ਇਹਨੂੰ ਵੇਖ ਕੇ ਮੈਂ ਬਹੁਤ ਮੋਟੀਵੇਟ ਸੀ ਅਤੇ ਜਿਹੜੇ ਜੋਤ ਯੂਟਿਊਬਰ ਹੈਗੇ ਨਾ ਇੰਡੀਆ ਦੇ 2-3 ਖਾਸ ਖਾਸ ਮੈਂ ਉਹਨਾਂ ਦੇ ਬੜੇ ਵਲੋਗ ਵੇਖੇ ਮੈਂ ਕਰੋਨਾ ਦੇ ਵਿੱਚ ਇੱਕ ਜੱਟ ਪ੍ਰਾਪ ਜੋਤ ਇੱਕ ਜੀ ਐਸ ਫਿਲਮ ਦੇਖਦਾ ਹੁੰਦਾ ਸੀ ਫਿਰ ਮੈਂ ਸੋਚ ਲਿਆ ਮੈਂ ਕਿਹਾ ਯਾਰ ਆਪਾਂ ਸੁਪਰ ਬਾਈਕ ਲੈਣੀ ਆ ਤਾਂ ਲੈਣੀ ਆ ਜੇ I-20 ਦਾ ਐਕਸੀਡੈਂਟ ਨਾ ਨਾ ਹੁੰਦਾ ਤਾਂ ਆਪਾਂ ਹੁਣ ਤੱਕ ਸੱਚੀ ਜਿਹੜੀ ਸੁਪਰ ਬਾਈਕ ਚੁੱਕ ਲੈਣੀ ਸੀ ਅਤੇ ਜੀ ਐਸ 1250 ਸੀ ਆਹ ਫੈਟ ਬੋਏ ਆ ਆਹ ਹੈਗਾ ਜੀ ਹਾਇਆਬੂਸਾ ਇਹ ਹੈਗਾ ਆਪਣਾ ਡ੍ਰੀਮ ਹਾਂ ਇਹਦੇ ਵਿੱਚ ਮੈਂ ਤੇਰੀਆਂ ਕਿਡਨੀਆਂ ਵੇਚ ਕੇ ਕਿਸੇ ਦਿਨ ਵੀ ਇੱਕ ਕਿ ਦੋ ਦੋਨੇ ਦੋਨੇ ਫਿਰ ਮੈਂ ਇਹ ਲੈ ਕੇ ਆਊਂਗਾ ਮੋਰੇ ਤੇਰੀ ਫੋਟੋ ਲਗਵਾਉਣੀ ਮੈਂ ਖਾਸ ਕੀ ਲਿਖਣਾ ਕੀ ਮੋਰੇ ਡੋਨੇਟਡ ਬਾਏ ਜੋਤ ਹਰਜੋਤ ਤੇਰਾ ਮੈਂ ਕ੍ਰੈਡਿਟ ਤੈਨੂੰ ਪੂਰਾ ਦਊਂਗਾ ਤੇ ਭਾਜੀ ਮਾੜੇ ਦੱਸੋ ਕਿਹੜੀਆਂ ਕਿਹੜੀਆਂ ਵਾ ਇਹਦੇ ਬਾਰੇ ਤਾਂ ਮੈਨੂੰ ਪਤਾ ਵੀ ਨਹੀਂਗਾ ਇਹ ਕਿਹੜੀ ਹੈ ਭਾਜੀ ਭਾਜੀ ਇਹ ਹੈਗੀ ਹੈ ਫੈਟ ਬੋਏ ਫੈਟ ਬੋਏ
ਠੀਕ ਹੈ ਸਾਰੇ ਜਿਹੜੇ ਕਲਰਸ ਦਾ ਆਪਣੇ ਆਪ ਹੀ ਡਿਫਰੈਂਟ ਹੈ ਸਾਰੀ ਬਾਈਕਸ ਇੱਕਦਮ ਲੋਡਡ ਹੈ ਐਕਸੈਸਰੀਜ਼ ਨਾਲ ਓਕੇ ਤੇ ਆ ਵਾਲੀ ਗੱਲ ਨਾਲ ਫੈਟ ਬॉय ਸਭ ਤੋਂ ਵਨ ਆਫ ਦਾ ਮੋਸਟ ਲੋਡਡ ਫੈਟ ਬॉय ਹੋਣਾ ਗੀ ਦੇ ਨਾਲ ਸਾਰੀਆਂ ਚੱਲਦੇ ਹੀ ਐਸੇ ਵੇਲੇ ਭਾਜੀ ਸਪੀਕਰ ਆਲਮੋਸਟ ਸਾਰੀ ਬਾਈਕਸ ਚ ਹੈ ਸਹੀ ਸਾਰੀ ਆਲਮੋਸਟ ਦੋ ਨੂੰ ਛੱਡ ਕੇ ਸਪੀਕਰ ਸਾਰਿਆਂ ਚ ਤੇ ਇਹ ਤਾਂ ਹੈਗੀ ਆ KTM ਵਾਲੀ ਹੈ ਨਾ ਐਡਵੈਂਚਰ KTM ਐਡਵੈਂਚਰ ਇਹ ਓਲਡ ਸ਼ੇਪ ਫੈਟ ਬॉय ਆ ਕਾਵਾਸਾਕੀ ਦੀ ਵਰਸਸ ਦਾ ਭਾਜੀ ਓਕੇ ਵਰਸਸ 600 ਠੀਕ ਆ ਤੇ ਭਾਜੀ ਜਾਨ ਇਹਨੂੰ ਤੇ ਭਾਜੀ 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 ਭਾਈ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹਾਲ ਚਾਲ ਠੀਕ ਹੋ ਤੁਸੀਂ ਬਸ ਕਿਰਪਾ ਜੀ ਸਰ ਤੁਹਾਡਾ ਗਰੁੱਪ ਹੁਣ ਲੱਗਦਾ ਕੰਪਲੀਟ ਹੋ ਚੁੱਕਾ ਹੈ ਨਾ ਜੀ ਤੁਹਾਡੇ ਨਾਲ ਹੋਊਗਾ ਸਹੀ ਹੈ ਸਹੀ ਹੈ ਨਹੀਂ ਮੈਂ ਕਾਲਾ ਪਿਆ ਆਇਆ ਭਾਜੀ ਬਸ ਇਧਰੋਂ ਮੈਨੂੰ ਆਵਾਜ਼ ਆਈ ਸੀ ਮੈਂ ਕਿਹਾ ਸਭ ਤੋਂ ਪਹਿਲਾਂ ਬੁਲਾਓ ਇਹਨਾਂ ਨੂੰ ਗਰੁੱਪ 'ਚ ਹੀ ਐਡ ਕਰਾਉਣਾ ਨਹੀਂ 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 ਆਪਾਂ ਕਰਨਾ ਭਾਜੀ ਪੱਕਾ ਆਪਾਂ ਪਹਿਲਾਂ ਕਿੱਟ ਆਰਡਰ ਕਰ ਦੇਣੀ ਤੁਹਾਡੀ ਬਾਈਕ ਜਾਂ ਨਾ ਆਵੇ ਸਹੀ ਹੈ ਸਹੀ ਹੈ ਹੁਣ ਗਰੁੱਪ ਕੰਪਲੀਟ ਹੋ ਚੁੱਕਾ ਨਾ ਭਾਜੀ ਬਸ ਸਹੀ ਹੈ ਸਹੀ ਹੈ ਇਹ ਹੈਗਾ ਜੀ ਆਪਣੇ ਕਪੂਰਥਲੇ ਦਾ ਗਰੁੱਪ ਹਾਂਜੀ 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 ਇਹ ਵਾਲੀ ਬਾਈਕ ਹੈਗੀ ਹੈ ਮਤਲਬ ਏਸ਼ੀਆ 'ਚ ਸਿਰਫ 6 ਕਲਰਸ ਨੇ ਇਦਾਂ ਦੇ ਡਿਸਟਿੰਗੁਇਸ਼ ਇਹਦੇ ਵਿੱਚ ਯੈਸ ਇਹ ਵੀ ਫੈਟ ਬॉय ਹੈ ਇਹ ਵੀ ਫੈਟ ਬॉय ਹੈ ਸਹੀ ਹੈ ਬੜੀ ਰੇਅਰ ਕਲੈਕਟ ਤੇ ਤੁਸੀਂ ਆਪਣੀ ਤਾਰੀਫ ਖੁਦ ਹੀ ਕਰ ਦਿਓ ਮਾੜੀ ਜੀ ਇਹ ਕਹਿੰਦੇ ਜਿੰਨੇ ਦੀ ਬਾਈਕ ਆ ਉਨੀ ਲੋਡਡ ਆ ਹੈ ਯੈਸ ਭਾਜੀ ਆਲਮੋਸਟ ਅਪਰੋਕਸੀਮੇਟਲੀ ਆਈਡੀਆ 42 ਦੇ ਕਰੀਬ ਯੈਸ 42 ਲੱਖਸ ਦੇ ਕਰੀਬ ਕਰੀਬ ਘਰ ਜਾਏਗਾ ਜਾਏਗਾ ਭਾਜੀ ਸਹੀ ਆ ਸੇਵ ਨਹੀਂ ਹੋਣਾ ਜੀ ਘਰ ਵੀ ਵੇਖ ਗਿਆ ਤੇ ਭਾਜੀ ਆਲਮੋਸਟ ਸਾਰੀ ਥਾਂ ਤੇ ਘੁੰਮੇ ਫਿਰੇ ਤੁਸੀਂ ਨਾ ਯੈਸ ਇੰਡੀਆ 'ਚ ਆਲਮੋਸਟ ਨਾਰਥ ਤੇ ਸਾਰਾ ਹੋ ਗਿਆ ਯਾਰ ਮੈਂ ਇੱਕ ਦਿਨ ਭਾਜੀ ਦੀ ਦੁਕਾਨ ਤੇ ਗਿਆ ਸੀ ਭਾਜੀ ਦੀ ਹੈਗੇ ਤੇ ਗੁਰੂ ਕਿਰਪਾ ਜਵੈਲਰਸ ਕਪੂਰਥਲੇ ਦੇ ਵਿੱਚ ਤੇ ਮੈਂ ਕਿਹਾ ਵੀ ਭਾਜੀ ਆਪਾਂ ਬਾਈਕ ਬਾਏ ਕਰਨੀ ਆ ਤੇ ਭਾਜੀ ਯਾਰ ਹਰ ਇੱਕ ਥਾਂ ਤੇ ਕੋਈ ਜਗ੍ਹਾ ਛੱਡੀ ਨਹੀਂ ਗਈ ਜਿੱਥੇ ਨਾ ਗਏ ਹੋਣ ਤਾਂ ਉਸ ਤੋਂ ਪਹਿਲਾਂ ਬਾਈਕ ਬਾਏ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਗਿਆ ਟਿਆ ਨਾ ਮੈਂ ਚਾਹੁੰਦਾ ਵਾਂ ਕਿ ਇੱਕ ਦੋ ਮਤਲਬ ਗੇੜੇ ਲਾ ਲਵਾਂ ਮੈਂ ਇਹਨਾਂ ਦੇ ਨਾਲ ਥੋੜਾ ਮਨ ਜਿਹਾ ਪੱਕਾ ਹੋ ਜਾਵੇ ਕਿਉਂਕਿ ਪੈਸੇ ਲੱਗਣੇ ਆ ਚੰਗੇ ਮੋਟੇ ਤੇ ਇਹ ਹੈਗਾ ਮੇਰਾ ਸ਼ੌਂਕ ਤੇ ਸ਼ੌਂਕ ਜ਼ਿੰਦਗੀ 'ਚ ਬੰਦੇ ਨੂੰ ਪੂਰਾ ਜ਼ਰੂਰ ਕਰਨਾ ਚਾਹੀਦਾ ਵਾ ਹਨਾ ਆਪਾਂ ਭਾਜੀ ਇਸ ਸੰਡੇ ਜਾਵਾਂਗੇ ਰਾਈਡ ਤੇ ਜੀ ਭਾਜੀ ਇਸ ਸੰਡੇ ਜਾਵਾਂਗੇ ਰਾਈਡ ਤੇ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਹਾਂ ਸਹੀ ਆ ਸਹੀ ਆ ਸਹੀ ਸਾਰੇ ਨਾਲ ਹੋਣਗੇ ਨਾਲ ਹੋਣਗੇ ਸਰਪ੍ਰਾਈਜ਼ ਵੀ ਹੈਗਾ ਗੱਡੀ ਆ ਰਹੀ ਹੈ ਅੱਛਾ ਗਰੁੱਪ ਮੇਟ ਨੇ ਲਈ ਹੈ ਓਕੇ ਡਿਫੈਂਡਰ ਵੀ ਨਾਲ ਆਏਗੀ ਭਾਜੀ ਸਹੀ ਆ ਮਤਲਬ ਇਸ ਸੰਡੇ ਜੋ ਦਾ ਆਪਾਂ ਬਾਅਦ ਹੀ ਵਲੌਗ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਜੇਕਰ ਤੁਸੀਂ ਕਮੈਂਟਾਂ ਵਿੱਚ ਦੱਸੋਗੇ ਤੇ ਆਪਾਂ ਉਨੀ ਛੇਤੀ ਬਾਈਕ ਚੁੱਕ ਲਵਾਂਗੇ ਫਿਰ ਚੱਲਾਂਗੇ ਟ੍ਰਿਪ ਦੇ ਉੱਤੇ ਤੇ ਜੋਤ ਨੂੰ ਵੀ ਆਪਾਂ ਇੱਕ ਬਾਈਕ ਲੈ ਦੇਣੀ ਆ ਹੌਲੀ ਜੀ ਨਾਲ ਸਮਾਨ ਚੱਕਣ ਨੂੰ ਹਾਂ ਮੰਮੀ ਨਾਲ ਗੱਲ ਕਰਦਾ ਆ ਵੀ ਘਰ ਨੂੰ ਆਪਾਂ ਸੇਲ ਕਰ ਦਈਏ ਘਰ ਨੂੰ ਸੇਲ ਕਰ ਦਈਏ ਬਾਈ ਉਸਤਾਦ ਹੁਣੀ ਅੱਗ ਕੱਢ ਰਹੇ ਆ ਪੂਰੇ ਸ਼ਹਿਰ 'ਚ ਉਹ ਡਿਫੈਂਡਰ ਆ ਪਿੱਛੇ ਅੱਜ ਹੀ ਨਵੀਂ ਆਈ ਆ ਇਹਨਾਂ ਦੇ ਗਰੁੱਪ 'ਚ ਸ਼ਾਮਲ ਹੋਈ ਆ ਬਸ ਆਪਾਂ ਨੂੰ ਭਾਈ ਨੇ ਬਿਠਾ ਲਿਆ ਵਾ 1250 ਸੀਸੀ ਦੇ ਪਿੱਛੇ ਭਾਈ ਰਾਤ ਦਾ ਟਾਈਮ ਆ ਪੂਰਾ ਮਾਹੌਲ ਬਣਿਆ ਹੋਇਆ ਭਾਜੀ ਆਪਾਂ ਸ਼ਹਿਰ ਦੀ ਗੇੜੀ ਕੱਢਣ ਦੇ ਆ ਇਸ ਵੇਲੇ ਸ਼ਹਿਰ ਦੀ ਗੇੜੀ ਕੱਢ ਰਹੇ ਆ ਤੇ ਫੇਰ ਆਪਾਂ ਕਿਸੇ ਨਾ ਕਿਤੇ ਰੁਕਾਂਗੇ ਜਾ ਕੇ ਤੇ ਜੋ ਤਾਂ ਆਪਣਾ ਪਿੱਛੇ ਪਿੱਛੇ ਆ ਰਿਹਾ ਟੋਡਾ 'ਚ ਤੇ ਭਾਜੀ ਭਾਈ ਨੇ ਨਵੀਂ ਬਾਈਕ ਕੀਤੀ ਨਾ ਡਿਫੈਂਡਰ ਸਹੀ ਹੈ ਸਹੀ ਹੈ ਮਤਲਬ ਇਹਨਾਂ ਦੇ ਗਰੁੱਪ ਦੇ ਵਿੱਚ ਵੈਸੇ ਭਾਜੀ ਬਾਈਕ ਵੀ ਰੱਖੀ ਹੋਈ ਆ ਹਾਂਜੀ ਫੈਟ ਬॉय ਹੈਗਾ ਭਾਜੀ ਓਕੇ ਵੈਸੇ ਫੈਟ ਬॉय ਆ ਸਹੀ ਆ ਲੈ ਬਾਈ ਪਹੁੰਚ ਚੁੱਕੇ ਆ ਆਪਾਂ ਭਾਜੀ ਦੇ ਘਰੇ ਤੇ ਇਹਨਾਂ ਦੀ ਜਿੰਨੀ ਗੈਂਗ ਵੈਂਗ ਆ ਸਾਰੀ ਇਕੱਠੀ ਹੋਊਗੀ ਕੇਕੂ ਕੱਟਣਾ ਇਹਨਾਂ ਨੇ ਬਾਕੀ ਬਾਈ ਕਿਸੇ ਚੀਜ਼ ਨੂੰ ਦੇਖ ਕੇ ਨਾ ਬੰਦੇ ਅੰਦਰ ਤਮੰਨਾ ਫੇਰ ਹੀ ਜਾਗਦੀ ਆ ਬਾਕੀ ਜੇ ਲੱਤਾਂ ਭਾਰ ਚੱਲਦੀਆਂ ਹੋਣ ਤਾਂ ਬੰਦੇ ਨੂੰ ਚੀਜ਼ ਲੈ ਲੈਣੀ ਚਾਹੀਦੀ ਆ ਤੁਹਾਨੂੰ ਇੱਧਰ ਦਿਖਾਉਣਾ ਬੋਰ ਹੋਣ ਕਬੇਲੀ ਲਾਈ ਫਿਰਦੇ ਆ ਭੈਣ ਦੇ ਵੀਰ ਸਾਰੇ ਜਾਣੇ ਸਹੀ ਆ ਉਸਤਾਦ ਜੀ ਗਾਣੇ ਲਾ ਕੇ ਪੂਰੇ ਸ਼ਹਿਰ ਦੇ ਵਿੱਚ ਆਹ ਬੂਸਾ ਲੈ ਬਈ ਲੈ
ਘੈਂਟ ਆ ਬਾਈ, ਇਹਨਾਂ ਦਾ ਪੂਰਾ ਗਰੁੱਪ ਘੈਂਟ ਆ। ਸਾਰਿਆਂ ਨੇ ਚੰਗਾ ਰੌਣਕ ਮੇਲਾ ਲਾਇਆ ਵਿਆ ਜੀ ਸ਼ਹਿਰ ਦੇ ਵਿੱਚ। ਬਾਕੀ ਖਿੱਚ ਦਾ ਕੇਂਦਰ ਤਾਂ ਬਣ ਹੀ ਜਾਂਦੀ ਆ ਇਹੋ ਜਿਹੀ ਚੀਜ਼, ਸਮਝਿਆ ਕਰੋ। ਜਦ ਰੋਕੜਾ ਲੱਗਾ ਹੋਵੇ ਤਾਂ ਫਿਰ ਤੁਹਾਨੂੰ ਪਤਾ ਹੀ ਆ। ਚਲੋ ਜੀ, ਅੱਜ ਭਾਈ ਦਾ ਬਰਥਡੇ ਆ, ਭਾਜੀ ਹੈਪੀ ਬਰਥਡੇ। ਥੈਂਕ ਯੂ ਬ੍ਰੋ। ਤੇ ਉੱਪਰ ਉੱਪਰ ਹੀ ਰੱਖ ਦਵਾਂ ਫਰੇਮ, ਟੇਬਲ 'ਤੇ ਨਹੀਂ ਨਿਗਾਹ ਮਾਰਨ ਦਿੰਦਾ। ਚਲੋ ਬਾਈ, ਲਓ ਬਈ ਰਾਈਡਿੰਗ ਗਰੁੱਪ ਆ ਕਪੂਰਥਲੇ ਦਾ ਸਾਰੇ ਹੀ, ਅਤੇ ਜਿਹਦੇ ਘਰ ਬਰਥਡੇ ਹੁੰਦਾ ਉਹਦੇ ਘਰ ਪਾਰਟੀ, ਸਹੀ ਹੈ ਨਾ ਭਾਜੀ? ਚਲੋ ਕੱਟੀਏ ਭਾਜੀ ਫਿਰ। ਮੈਂ ਗੁਣ ਲਿਆ ਨਾ ਭਾਜੀ, ਕੁਛ ਵੀ ਹੋਵੇ ਬਸ ਵੀਡੀਓ ਆਨ ਰੱਖਣੀ ਆ। ਕੱਲ ਨੂੰ ਕੋਈ ਮਰੀਜ਼ ਆਵੇ ਓਲਾ ਹੋਸਪਿਟਲ ਕਪੂਰਥਲਾ, ਬਈ ਡਾਕਟਰ ਸਾਹਿਬ ਨੇ ਆਪਣਾ ਫੇਮਸ ਹੋਸਪਿਟਲ ਆ ਕਪੂਰਥਲੇ ਦਾ, ਬਾਕੀ ਪਛਾਣਨ ਵਾਲਿਆਂ ਨੇ ਪਛਾਣ ਹੀ ਲੈਣਾ ਵਾ। ਲਓ ਜੀ, ਪਾਰਟੀ ਸ਼ਾਰਟੀ ਹੋ ਚੁੱਕੀ ਆ ਅਤੇ ਹੁਣ ਇਸ ਸੰਡੇ ਆਪਾਂ ਮਿਲਾਂਗੇ, ਕਿਉਂ ਭਾਅ ਜੀ? ਇਸ ਸੰਡੇ ਰਾਈਡ 'ਤੇ। ਹਾਂਜੀ, ਇਹ ਕੇਕ ਗੱਡੀ ਦਾ ਆ, ਡਿਫੈਂਡਰ ਦਾ। ਇਹ ਭਾਈ ਡਿਫੈਂਡਰ ਦਾ ਕੇਕ ਆ, ਨਵੀਂ ਡਿਫੈਂਡਰ ਦੀ ਖੁਸ਼ੀ ਦੇ ਵਿੱਚ। ਕਾਫਲਾ ਦੇਖੋ ਤੁਸੀਂ ਕਿਹੜੇ ਜਾਣਾ, ਮਤਲਬ ਉਹਦੇ ਉੱਤੇ ਆਪਾਂ ਫੈਟ ਬੋਏ ਦੀ ਫੋਟੋ ਲਗਵਾਈ ਸੀ ਅਤੇ ਇੱਥੇ ਡਿਫੈਂਡਰ ਦੀ। ਕਿੱਧਰ ਗਏ ਆਪਣੇ ਮੇਨ ਡਾਕਟਰ ਸਾਹਿਬ? ਬਿਗ ਫੈਨ ਸਰ, ਮੈਨੀ ਮੈਨੀ ਕੰਗਰੈਚੁਲੇਸ਼ਨਸ ਇਹਦੀ ਪਾਰਟੀ। ਥੈਂਕ ਯੂ ਵੈਰੀ ਮੱਚ। ਹਾਂਜੀ, ਇਸ ਸੰਡੇ ਆ ਰਹੇ ਤੁਸੀਂ? ਨਹੀਂ, ਨੈਕਸਟ ਸੰਡੇ। ਓਕੇ ਓਕੇ, ਚਲੋ ਸਹੀ ਆ। ਕਿਹਨਾਂ ਦੀ ਟੀਕਾ ਲਾਉਣਾ ਜੀ? ਚਲੋ ਚਲੋ ਜੀ, ਇਹਨਾਂ ਦਾ ਕਾਫਲਾ ਜਨਮ ਦਿਨ ਤੋਂ ਬਾਅਦ 'ਚ ਹੁਣ ਕਿਸੇ ਹੋਰ ਦੇ ਘਰ ਕੇਕ ਕਟਾਉਣ ਚੱਲਦਾ ਵਾ। ਹੈਂ, ਪਿੱਛੇ ਆਏ?